ਜਿਹਦੀ ਹਿੰਮਤ ਹੈ, ਜਿਹਨੇ ਸਿਰ ਲਾਉਣਾ ਲਾ ਲਓ। ਭਾਈ ਤਾਰੂ ਸਿੰਘ ਦਾ ਕੀ ਲਾਇਆ ਨਹੀਂ, ਗੁਰੂ ਤੇਗ ਬਹਾਦਰ ਜੀ ਦਾ ਸਿਰ ਨਹੀਂ ਲਾਇਆ, ਅਸੀਂ ਕਿਹਦੇ ਵਿਚਾਰੇ ਹਾਂ? ਅਸੀਂ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਵਰਗੇ ਬਣੀ। ਸੋ ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਲੜਾਂਗੇ। ਕਹਿੰਦੇ ਹੁਣ ਤੇਰੀ ਵਾਰੀ ਹੈ। ਪਰ ਮੈਂ ਕਿਹਾ ਭੁਲੇਖਾ ਦਹੀਂ ਨੇ ਭੁਲਾਵੇਂ ਕਪਾਹ ਨਾ ਖਾ ਜਿਓ। ਅਸੀਂ ਤਾਂ ਦੋ ਰੋਟੀਆਂ ਹੁਣ ਮੇਰੀ ਬੀਵੀ ਨੂੰ ਲਾਉਣੀਆਂ ਪੈਂਦੀਆਂ ਨੇ, ਫਿਰ ਜੇਲ੍ਹ ਵਾਲਿਆਂ ਨੂੰ ਲਾਉਣੀਆਂ ਪੈਣਗੀਆਂ। ਰੋਟੀਆਂ ਦੋ ਖਾਣੀਆਂ ਨੇ, ਅਚਾਰ ਦੇ ਨਾਲ ਇਹ ਝੋਲੇ ਦੇ ਵਿੱਚ ਹੀ ਨੇ। ਮੁੱਖ ਮੰਤਰੀ ਨੂੰ ਤੇ ਵਿੱਤ ਮੰਤਰੀ ਨੂੰ ਕਹਿਣਾ ਵੀ ਤੁਸੀਂ ਭੁਲੇਖਾ ਨਾ ਰੱਖਿਓ। ਸਾਡਾ ਉਹ ਵਿਰਸਾ ਹੈ ਜਿਹੜਾ ਕਹਿੰਦਾ ਹੈ, ਜੇ ਜੀਵੇ ਪਤ ਡੱਠੀ ਜਾਏ, ਸਭ ਹਰਾਮ ਜੇ ਤਾ ਕਿਛ ਖਾਏ। ਮੈਂ ਅਖਲਾਕੀ ਮੁਜਰਮ ਨਹੀਂ, ਮੈਂ ਹਾਂ ਵਤਨ ਪੁਜਾਰੀ। ਮੈਨੂੰ ਫੜ ਲਓ ਨੰਦਨ ਵਾਸੀਓ, ਮੈਂ ਖੜਾ ਪਕਾਰਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਜਿਹੜੇ ਬਹੁਤਾ ਬੋਲਦੇ ਨੇ ਨਾ, ਇਹਨਾਂ ਦੀ ਜ਼ੁਬਾਨ ਕਰੋ ਬੰਦ। ਅਤੇ ਮਾਲੀ ਸਾਹਿਬ ਤੋਂ ਬਾਅਦ ਇਹਨਾਂ ਦਾ ਜਿਹੜਾ ਆਈ ਟੀ ਸੈੱਲ ਹੈ, ਉਹਨੇ ਮੇਰੇ ਵਾਲੇ ਜਿਹਨਾਂ ਪੋਸਟਾਂ ਪਾਸਟਾਂ ਹੁੰਦੀਆਂ ਨੇ, ਮੈਂ ਤਾਂ ਉਹ ਪਾਉਂਦਾ ਨਹੀਂ, ਯੂਟਿਊਬ 'ਤੇ ਆਉਂਦੇ ਨੇ ਬਹੁਤੇ, ਅਤੇ ਉੱਥੇ ਕਦੇ ਕਦੇ ਮੈਂ ਕਮੈਂਟ ਦੇਖ ਲੈਂਦਾ। ਕਹਿੰਦੇ ਹੁਣ ਤੇਰੀ ਵਾਰੀ ਹੈ। ਪਰ ਮੈਂ ਕਿਹਾ ਭੁਲੇਖਾ ਦਹੀਂ ਨੇ ਭੁਲਾਵੇਂ ਕਪਾਹ ਨਾ ਖਾ ਜਿਓ। ਅਸੀਂ ਤਾਂ ਦੋ ਰੋਟੀਆਂ ਹੁਣ ਮੇਰੀ ਬੀਵੀ ਨੂੰ ਲਾਉਣੀਆਂ ਪੈਂਦੀਆਂ ਨੇ, ਫਿਰ ਜੇਲ੍ਹ ਵਾਲਿਆਂ ਨੂੰ ਲਾਉਣੀਆਂ ਪੈਣਗੀਆਂ। ਰੋਟੀਆਂ ਦੋ ਖਾਣੀਆਂ ਨੇ, ਅਚਾਰ ਦੇ ਨਾਲ ਇਹ ਝੋਲੇ ਦੇ ਵਿੱਚ ਹੀ ਨੇ। ਅਤੇ ਕੋਈ ਸੰਗ ਨਹੀਂ, ਕੋਈ ਸ਼ਰਮ ਨਹੀਂ, ਭੁੰਜੇ ਸੁਣ ਸਕਦੇ ਹਾਂ। ਜਿਹਦੀ ਹਿੰਮਤ ਹੈ, ਜਿਹਨੇ ਸਿਰ ਲਾਉਣਾ ਲਾ ਲਓ। ਭਾਈ ਤਾਰੂ ਸਿੰਘ ਦਾ ਕੀ ਲਾਇਆ ਨਹੀਂ, ਭਾਈ ਤਾਰੂ ਸਿੰਘ ਦੀ ਗੱਲ ਛੱਡੋ, ਗੁਰੂ ਤੇਗ ਬਹਾਦਰ ਜੀ ਦਾ ਸਿਰ ਨਹੀਂ ਲਾਇਆ, ਅਸੀਂ ਕਿਹਦੇ ਵਿਚਾਰੇ ਹਾਂ? ਅਸੀਂ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਵਰਗੇ ਬਣੀ। ਸੋ ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਲੜਾਂਗੇ। ਜਿੰਨਾ ਚਿਰ ਦਾਵਾਂ ਲੜਾਂਗੇ, ਨਹੀਂ ਲੜਨੋਂ ਹਟਾਂਗੇ, ਜਿਹਨੇ ਜੋੜ ਲਾਉਣਾ ਲਾਵੇ। ਅਤੇ ਮੈਨੂੰ ਸ਼ਹੀਦ ਊਧਮ ਸਿੰਘ ਦੀਆਂ ਦੋ ਲਾਈਨਾਂ ਯਾਦ ਆਉਂਦੀਆਂ ਨੇ, ਮੈਨੂੰ ਫੜ ਲਓ ਲੰਦਨ ਵਾਸੀਓ, ਮੈਂ ਖੜਾ ਪਕਾਰਾਂ, ਮੈਂ ਕਾਤਲ ਉਹ ਡਵਾਰ ਦਾ, ਮੈਂ ਗੋਲੀ ਮਾਰੀ, ਮੈਂ ਨਸਣਾ ਮੂਲ ਨਹੀਂ ਚਾਹੁੰਦਾ ਕੋਈ ਮਾਰ ਉਡਾਰੀ, ਮੈਂ ਮੋੜੀ ਭਾਜੀ ਦੇਸ਼ ਦੀ ਕਰਕੇ ਹੁਸ਼ਿਆਰੀ। ਮੈਨੂੰ ਫੜ ਲਓ ਲੰਦਨ ਵਾਸੀਓ, ਮੈਂ ਖੜਾ ਪਕਾਰਾਂ, ਮੈਂ ਇਖਲਾਕੀ ਮੁਜਰਮ ਨਹੀਂ, ਮੈਂ ਇਖਲਾਕੀ ਮੁਜਰਮ ਨਹੀਂ, ਮੈਂ ਹਾਂ ਵਤਨ ਪੁਜਾਰੀ। ਮੈਨੂੰ ਫੜ ਲਓ ਲੰਦਨ ਵਾਸੀਓ, ਮੈਂ ਖੜਾ ਪਕਾਰਾਂ, ਅਸੀਂ ਉਹਨਾਂ ਦੇ ਵਾਰਸ ਹਾਂ, ਉਹ ਅਸੀਂ ਉਹਨਾਂ ਦੀ ਉਸ ਤੋਂ ਹਾਂ, ਲੀਨੀਏਜ ਦੇ ਵਿੱਚੋਂ। ਅਤੇ ਸਾਨੂੰ, ਅਸੀਂ ਕੋਈ ਚੋਰੀ ਠੱਗੀ ਨਹੀਂ ਕਰਦੇ, ਅਸੀਂ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਹਾਂ। ਇਹ ਪਿਆਰਾ ਗਰਗ ਨਹੀਂ ਕਹਿ ਰਿਹਾ ਆਪਣੇ ਆਪ ਨੂੰ, ਇਹ ਪੂਰਾ ਪੰਜਾਬ ਹੈ ਜਿਹੜਾ ਦਸਾਂ ਨੌਹਾਂ ਦੀ ਕਿਰਤ ਦੇ ਸਹਾਰੇ ਜਿੰਦਾ, ਕੁਦਰਤ ਦੇ ਸਹਾਰੇ ਜਿੰਦਾ। ਅਤੇ ਜੇ ਅਸੀਂ ਆਪਣੀ ਕਿਰਤ ਨਹੀਂ ਬਚਾ ਸਕਦੇ, ਫਿਰ ਕੀ ਬਚਾਵਾਂਗੇ? ਸੋ ਅਸੀਂ ਲੜਾਈ ਅੱਜ ਇਸ ਗੱਲ ਦੀ ਹੈ, ਭਗਵੰਤ ਮਾਨ ਸੁਣ ਦੇ, ਹਾਲਾਂਕਿ ਹਸਪਤਾਲ 'ਚ ਪਿਆ। ਮੈਂ ਇੱਕ ਪੋਲੀਟੀਸ਼ੀਅਨ ਖਹਿਰਾ ਸਾਹਿਬ ਦਾ ਧੰਨਵਾਦੀ ਵੀ ਹਾਂ, ਵੀ ਉਦੋਂ ਬਹੁਤ ਕ੍ਰਿਟਿਕ ਨੇ, ਪਰ ਮੈਂ ਉਹਦੀ ਕੱਲ੍ਹ ਵੀਡੀਓ ਸੁਣੀ, ਮੈਂ ਜਦ ਸਵਾਦ ਆ ਗਿਆ। ਜਿੱਡਾ ਵੱਡਾ ਵਿਰੋਧੀ, ਉਨੀ ਉਹਦੀ ਕਾਮਨਾ ਕਿੰਨੇ, ਮੈਂ ਨਹੀਂ ਕਰ ਸਕਦਾ, ਮੈਂ ਮੇਰਾ ਐਡਾ ਵੱਡਾ ਦਿਲ ਨਹੀਂ ਹੈ। ਇਹਨਾਂ ਨੇ ਬੜੀ ਕਾਮਨਾ ਕਰੀ ਉਹਦੀ, ਪਰ ਮੈਂ ਕਹਿੰਦਾ ਵੀ ਮੰਜੇ 'ਤੇ ਪਿਆ, ਪਰ ਹੈ ਤਾਂ ਮੁੱਖ ਮੰਤਰੀ ਨਾ। ਸੋ ਮੈਂ ਮੁੱਖ ਮੰਤਰੀ ਨੂੰ ਗੱਲ ਕਰ ਰਿਹਾ, ਮੈਂ ਮਰੀਜ਼ ਭਗਵੰਤ ਮਾਨ ਨੂੰ ਨਹੀਂ ਕਰ ਰਿਹਾ, ਮਰੀਜ਼ ਨੂੰ ਤਾਂ ਮੈਂ ਬੜੇ ਪਿਆਰ ਨਾਲ ਮਿਲਾਂਗਾ। ਅਤੇ ਮੁੱਖ ਮੰਤਰੀ ਨੂੰ ਅਤੇ ਵਿੱਤ ਮੰਤਰੀ ਨੂੰ ਕਹਿਣਾ ਵੀ ਤੁਸੀਂ ਭੁਲੇਖਾ ਨਾ ਰੱਖਿਓ, ਅਤੇ ਤੁਸੀਂ ਯਾਦ ਰੱਖਿਓ, ਸਾਡਾ ਉਹ ਵਿਰਸਾ ਹੈ ਜਿਹੜਾ ਕਹਿੰਦਾ ਹੈ, ਜੇ ਜੀਵੇ ਪਤ ਡੱਠੀ ਜਾਏ, ਸਭ ਹਰਾਮ ਜੇ ਤਾ ਕਿਛ ਖਾਏ। ਸੋ ਇਹ ਹਰਾਮ ਮੰਨਿਆ ਜਾਂਦਾ ਹੈ। ਮੈਂ ਹੁਣ ਰੁਲਦੂ ਸਿੰਘ ਜੀ ਮਾਨਸਾ, ਜਿਹੜੇ ਕਿਸਾਨੀ ਦੇ ਬਹੁਤ ਵੱਡੇ ਲੀਡਰ ਨੇ, ਜਿਨ੍ਹਾਂ ਨੂੰ ਖੁੰਡੇ ਵਾਲਾ ਬਾਬਾ ਕਹਿੰਦੇ ਨੇ, ਅਤੇ ਉੱਥੇ ਚੰਡੀਗੜ੍ਹ 'ਚ ਇੱਕ ਦਿਨ ਕਹਿਣ ਲੱਗੇ, ਸਟੇਜ 'ਤੇ ਮੈਂ ਵੀ ਸੀ, ਇਹ ਵੀ ਸੀ, ਉਦੋਂ ਜੇ ਅੰਦੋਲਨ ਚੱਲਦਾ ਸੀ, ਕਹਿੰਦੇ ਦੇਖੋ ਗੱਲ ਸੁਣ ਲਓ, ਜਾਂ ਤਾਂ ਤੁਸੀਂ ਸਾਡੇ ਗੱਲ 'ਚ ਹਾਰ ਪਾਓਗੇ, ਅਤੇ ਜਾਂ ਸਾਡੀ ਅਰਥੀ 'ਤੇ ਹਾਰ ਪਾਓਗੇ, ਇਦੋਂ ਵਿੱਚ ਵਿਚਾਰਾ ਕੋਈ ਨਹੀਂ ਹੋਣਾ। ਤੋ ਗੱਲ 'ਚ ਹਾਰ ਪਵਾ ਕੇ ਆਏ ਸੀ।